ਨੇੜਲੇ ਪਿੰਡ ਉਕਸੀ ਸੈਣੀਆਂ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਸ ਕੈਂਪ ਵਿੱਚ 435 ਮਰੀਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਇਹਨਾਂ ਦੇ ਮੁਫ਼ਤ ਟੈਸਟ ਕੀਤੇ ਗਏ। ਇਸ ਮੌਕੇ 'ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ 'ਤੇ ਬਲਜਿੰਦਰ ਸਿੰਘ ਅਤੇ ਬਿਪਨਜੀਤ ਸਿੰਘ ਖੋਸਾ ਨੇ ਕਿਹਾ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਕੈਂਪ ਸੋਸ਼ਲ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਹੈ, ਜਿਹਦੇ ਵਿੱਚ ਅੱਜ ਸਮੂਹ ਨਗਰ ਵਾਸੀ ਅਤੇ ਨਾਲ ਦੇ ਪਿੰਡਾਂ ਦੀ ਸੰਗਤ ਨੂੰ ਅਸੀਂ ਫ੍ਰੀ ਮੈਡੀਸਨ ਅਤੇ ਫ੍ਰੀ ਟੈਸਟ ਅਸੀਂ ਕਰਵਾ ਕੇ ਡਿਸਟ੍ਰੀਬਿਊਟ ਸਾਰੀਆਂ ਦਵਾਈਆਂ ਕਰ ਰਹੇ ਹਾਂ। ਅਸੀਂ ਮੁੱਖ ਰੱਖ ਕੇ ਕਿ ਇਕੋਨਮਿਕਲ ਜਿਹੜੀ ਕੰਡੀਸ਼ਨ ਹੈ ਸੰਗਤਾਂ ਦੀ, ਕਈਆਂ ਦੀ ਨਹੀਂ ਵੀ ਟੈਸਟ ਕਰਵਾਉਣ ਜੋਗੀ ਹੁੰਦੀ ਜਾਂ ਕਈ ਸੰਗਤਾਂ ਵਿੱਚ ਟੈਸਟਾਂ ਲਈ ਆਪਣੀ ਬੋਡੀ ਲਈ ਪ੍ਰਪੇਅਰ ਨਹੀਂ ਹੁੰਦੀਆਂ, ਉਹਨੂੰ ਮੁੱਖ ਰੱਖਦੇ ਹੋਏ ਅਸੀਂ ਪਿੰਡ ਦੇ ਤੋਂ ਇਹ ਆਪਣੇ ਪਿੰਡ ਤੋਂ ਇਹ ਕੈਂਪ ਸ਼ੁਰੂ ਕੀਤਾ ਹੈ ਅਤੇ ਅੱਜ ਸਾਨੂੰ ਬਹੁਤ ਸੰਗਤਾਂ ਦਾ ਸਮੂਹ ਨਗਰ ਨਿਵਾਸੀ ਦਾ ਬਹੁਤ ਸਹਿਯੋਗ ਮਿਲਿਆ ਹੈ, ਜਿਹੜਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਕੈਂਪ ਦਾ ਫਾਇਦਾ ਉਠਾ ਰਹੀਆਂ। ਅੱਜ ਇੰਨੀ ਸਰਦੀ 'ਚ ਪਿੰਡ ਉਕਸੀ ਵਾਸੀਆਂ ਦੇ ਨਿਵਾਸੀਆਂ ਦੇ ਬੜਾ ਹੀ ਵਧੀਆ ਕੈਂਪ ਲਾਇਆ। ਇਸ 'ਚ ਆਹ ਖਾਸ ਗੱਲ ਵੇਖਣ ਨੂੰ ਆਈ ਕਿ ਜ਼ਰੂਰਤਮੰਦ ਲੋਕ ਸੀਗੇ, ਇਹਨਾਂ ਦੀ ਇਨਵੈਸਟੀਗੇਸ਼ਨਾਂ ਪਹਿਲਾਂ ਹੀ ਹੋਈਆਂ ਸੀਗੀਆਂ ਅਤੇ ਅਸੀਂ ਜਿਹੜੀ ਜਿਹੜੀ ਚੀਜ਼ ਲੋਕਾਂ ਨੂੰ ਲੋੜ ਸੀ ਉਹੀ ਦੇ ਸਕੇ, ਔਰ ਜਿਹੜੇ ਰਿਸਕ ਫੈਕਟਰ ਸੀਗੇ ਸਰਦੀ ਕਰਕੇ ਜਿਹੜੇ ਲੋਕਾਂ ਦੇ ਕੋਲੈਸਟਰੋਲ, ਬਲੱਡ ਪ੍ਰੈਸ਼ਰ, ਉਹ ਸਾਰੇ ਇੱਕ ਇੱਕ ਕਰਕੇ ਅਸੀਂ ਵੇਖ ਲਏ। ਅਤੇ ਆਹ ਅਸੀਂ ਲੋਕਾਂ ਨੂੰ ਆਹ ਕਹਿੰਦੇ, ਅਗਰ ਕੋਈ ਕੈਂਪ ਲਾਉਣਾ ਚਾਹੇ ਜਿਸ ਤਰ੍ਹਾਂ ਇੱਥੋਂ ਦੇ ਸੋਸ਼ਲ ਵੈਲਫੇਅਰ ਬੰਦਿਆਂ ਨੇ ਕੈਂਪ ਲਾਇਆ ਉਸ ਤਰ੍ਹਾਂ ਦਾ ਲਾਵੇ, ਕਿਉਂਕਿ ਸਾਡੇ ਕੋਲ ਇੱਕ ਲਿਸਟ ਆ ਗਈ ਕਿ ਆਹ ਆਹ ਬੰਦੇ ਰਿਸਕ ਹੈ, ਉਹਨਾਂ ਨੇ ਸਾਨੂੰ 200-250 ਬੰਦਾ ਇਸੇ ਚੀਜ਼ ਦਾ ਅਸੀਂ ਵੇਖਿਆ, ਔਰ ਅਸੀਂ ਪੂਰੀ ਦਵਾਈਆਂ ਸੀਗੀਆਂ ਅਤੇ ਅਸੀਂ ਆਪਦੇ ਜਿੰਨੀ ਕੁ ਲੋਕਾਂ ਦੀ ਸੇਵਾ ਕਰ ਸਕੇ ਉਨੀ ਕਰਤੀ। ਜ਼ਿਆਦਾਤਰ ਆਪਾਂ ਨੂੰ ਕੋਲੈਸਟਰੋਲ ਜ਼ਿਆਦਾ ਲੋਕਾਂ ਦਾ ਮਿਲਿਆ, ਸ਼ੂਗਰ ਜ਼ਿਆਦਾ। ਇਸ ਵਾਸਤੇ ਮੈਸੇਜ ਆਹ ਹੈ ਕਿ ਆਪਣੇ ਜਿਵੇਂ ਬਜ਼ੁਰਗ ਕਹਿੰਦੇ ਸੀ ਮੋਟਾ ਆਟਾ ਖਾਈਏ, ਮੋਟਾ ਆਟਾ ਖਾਣ ਨਾਲ ਕੋਲੈਸਟਰੋਲ ਆਪੇ ਫੂਡ 'ਚੋਂ ਨਿਕਲ ਜਾਂਦਾ, ਜਿਹੜੀ ਆਪਾਂ ਰੋਟੀ ਖਾਂਦੇ ਹਾਂ ਉਹਦਾ ਮਿਲ ਕੇ ਬਾਹਰ ਨਿਕਲ ਜਾਂਦਾ। ਇਸ ਕਰਕੇ ਸਾਰੇ ਲੋਕਾਂ ਨੇ ਆਇਆ ਕਿ ਅਗਰ ਆਪਾਂ ਘਿਓ ਵੀ ਜ਼ਿਆਦਾ ਖਾ ਲੈਂਦੇ ਹਾਂ, ਘੱਟੋ ਘੱਟ ਆਟਾ ਜ਼ਰੂਰ ਮੋਟਾ ਲਈਏ, ਚੱਕੀ ਦਾ ਲਈਏ, ਬਿਨਾਂ ਰੋਲੇ ਲਾਏ ਵਾਲਾ ਲਈਏ। ਅਤੇ ਸ਼ੂਗਰ ਵਾਸਤੇ ਘੱਟੋ ਘੱਟ ਇੰਨਾ ਕੋਸ਼ਿਸ਼ ਕਰੀਏ ਕਿ ਆਪਣੇ ਪਿੰਡ ਦੇ ਖੇਤ ਤੱਕ ਰੋਜ਼ ਸਵੇਰੇ ਸ਼ਾਮ ਗੇੜਾ ਮਾਰਨ ਦੀ ਕੋਸ਼ਿਸ਼ ਕਰੀਏ। ਅਗਰ ਆਪਾਂ ਐਕਸਰਸਾਈਜ਼ ਕਰਦੇ ਹਾਂ ਘੱਟੋ ਘੱਟ 1.5 ਘੰਟਾ ਇੱਕ ਹਫ਼ਤੇ 'ਚ ਆਪਾਂ ਤੁਰਦੇ ਫਿਰਦੇ ਹਾਂ ਤਾਂ ਆਪਾਂ ਸੇਫ ਰਹਿੰਦੇ ਹਾਂ, ਨਹੀਂ ਤਾਂ ਬਲੱਡ ਪ੍ਰੈਸ਼ਰ ਇੱਕ ਐਵੇਂ ਹੀ ਜਾਨਲੇਵਾ ਬਿਮਾਰੀ ਹੈ ਜੀ। ਆਪਾਂ ਨੂੰ ਪਿੰਡ ਦੀ ਲੇਡੀਜ਼ ਨੂੰ ਆਹ ਕਹਿਣਾ ਚਾਹੁੰਦਾ, ਅਗਰ ਕੰਮ ਕਰਦੀਆਂ ਉਹਨਾਂ ਨੂੰ ਭੁੱਖ ਲੱਗਦੀ ਹੈ ਤਾਂ ਰੋਟੀਆਂ ਦੀ ਬਜਾਏ ਕੁਛ ਹੋਰ ਖਾਇਆ ਜਾਵੇ, ਰੋਟੀਆਂ ਨਾਲ ਭਾਰ ਵੱਧਦਾ ਹੈ, ਭਾਰ ਵਧਣ ਨਾਲ ਗੋਡੇ ਦੁਖਦੇ ਹੈ, ਪਿੱਠ ਦੁਖਦੀ ਹੈ, ਇਸ ਨਾਲ ਜਿੰਨੇ ਵੀ ਸਾਰੇ ਰਿਸਕ ਫੈਕਟਰ ਹੈਗੇ ਆ ਉਹ ਡਬਲ ਹੋ ਜਾਂਦੇ ਆ। ਅਗਰ ਆਪਾਂ ਰੋਟੀਆਂ ਖਾਣੀਆਂ ਘੱਟ ਕਰ ਦਈਏ, ਅੰਨ ਖਾਣਾ ਘੱਟ ਕਰ ਦਈਏ, ਉਸ ਜਗ੍ਹਾ ਸਬਜ਼ੀਆਂ, ਸਲਾਦ ਜਾਂ ਕੁਛ ਹੋਰ ਖਾਈਏ ਤਾਂ ਆਪਣਾ ਭਾਰ ਘੱਟ ਸਕਦਾ। ਅਗਰ ਭਾਰ ਘੱਟ ਜਾਂਦਾ ਤਾਂ 50% ਚੀਜ਼ਾਂ ਆਪਣੀਆਂ ਆਪੇ ਆਪ ਘੱਟ ਜਾਂਦੀਆਂ।